ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਧ ਸੰਗਤ ਦਸੰਬਰ ਮਹੀਨੇ ਵਿੱਚ ਭੁੱਲ ਕੇ ਵੀ ਕਦੇ ਆਹ ਗਲਤੀ ਨਾ ਕਰਿਓ, ਨਹੀਂ ਤਾਂ ਗੁਰੂ ਪਾਤਸ਼ਾਹ ਦੀ ਖੁਸ਼ੀ ਦੇ ਹੱਕਦਾਰ ਕਦੇ ਨਹੀਂ ਬਣਾਂਗੇ। ਆਓ ਆਪਾਂ ਬੇਨਤੀਆਂ ਆਰੰਭ ਕਰੀਏ ਜੀ। ਫਤਿਹ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਦੇਖੋ ਦਸੰਬਰ ਮਹੀਨੇ ਦੀ ਜਦੋਂ ਵੀ ਗੱਲ ਚੱਲਦੀ ਹੈ ਅਤੇ ਜਦੋਂ ਵੀ ਪੋਹ ਦੀ ਗੱਲ ਆਉਂਦੀ ਹੈ ਨਾ, ਅਤੇ ਸਤ ਸੰਗਤ ਉਸ ਵੇਲੇ ਆਪਾਂ ਨੂੰ ਤਕਰੀਬਨ ਗੁਰੂ ਕਲਗੀਧਰ ਪਾਤਸ਼ਾਹ ਅਤੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦਾ ਚੇਤਾ ਆ ਜਾਂਦਾ ਹੈ। ਅਤੇ ਸਤ ਸੰਗਤ ਉਸ ਵੇਲੇ ਆਪਣਾ ਧਿਆਨ ਕਿਤੇ ਨਾ ਕਿਤੇ ਉਸ ਦੀਵਾਰ ਵੱਲ ਜਾਂਦਾ ਹੈ, ਜਿਸ ਦੀਵਾਰ ਦੇ ਵਿੱਚ ਚਿਣਕੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਕੀਤੀਆਂ ਗਈਆਂ ਸੀ। ਸਤ ਸੰਗਤ, ਬੜੀ ਵੱਡੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹੀਆਂ ਕੁਰਬਾਨੀਆਂ ਹੋਈਆਂ ਨੇ ਜਿਸ ਉਮਰ ਦੇ ਵਿੱਚ ਬਜ਼ੁਰਗ ਬਹੁਤ ਜ਼ਿਆਦਾ ਆਪਾਂ ਕਹਿ ਲਈਏ ਵੀ ਸੰਭਾਲ ਕੇ ਰੱਖਣ ਵਾਲੀ ਚੀਜ਼ ਹੁੰਦੇ ਨੇ ਅਤੇ ਬੱਚਿਆਂ ਨੂੰ ਬੇਹੱਦ ਧਿਆਨ ਦੇ ਕੇ ਰੱਖਣਾ ਪੈਂਦਾ। ਅਤੇ ਸਾਡੇ ਦੇਸ਼ ਵਿੱਚ ਇਹ ਦੋਹੇ ਜਾਨਾਂ, ਦੋਹੇ ਅਵਸਥਾਵਾਂ ਦੀਆਂ ਜਿਹੜੀਆਂ ਮਾਲਕ ਜਿੰਦਾਂ ਸੀ ਅਤੇ ਸਾਧ ਸੰਗਤ, ਉਹ ਦੋਵਾਂ ਨੇ ਹੀ ਕੁਰਬਾਨੀਆਂ ਦਿੱਤੀਆਂ ਨੇ ਅਤੇ ਸ਼ਹਾਦਤਾਂ ਦਿੱਤੀਆਂ ਨੇ। ਬੜੀ ਵੱਡੀ ਗੱਲ ਹੈ ਸਾਧ ਸੰਗਤ। ਹੁਣ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਨਾ, ਉਹ ਇਹ ਵੇ ਕਿ ਸਾਧ ਸੰਗਤ, ਜਿਸ ਵੇਲੇ ਦਸੰਬਰ ਦੇ ਮਹੀਨੇ ਦੀ ਗੱਲ ਚੱਲਦੀ ਹੈ, ਹੁਣ ਉਸ ਵੇਲੇ ਕਿਤੇ ਨਾ ਕਿਤੇ ਆਪਣਾ ਧਿਆਨ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਾਂਦਾ ਹੈ। ਅਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਤ ਸੰਗਤ, ਉਹ ਇਹ ਵੇ ਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਨਾ, ਕਈਆਂ ਨੂੰ ਸਾਡੇ ਵਿੱਚੋਂ ਇਹ ਨਹੀਂ ਪਤਾ ਕਿ ਨੌਜਵਾਨ ਪੀੜ੍ਹੀ ਇੰਨੀ ਕੁ ਅੱਜ ਆਪਣੀ ਮਤ ਦੇ ਵਿਸਥਾਰਨ ਧਾਰਨ ਹੋ ਗਈ ਕਿ ਇਹ ਨਹੀਂ ਪਤਾ ਕਿ ਫਤਿਹਗੜ੍ਹ ਸਾਹਿਬ ਕਿੱਥੇ ਹੈ। ਸਤ ਸੰਗਤ, ਉੱਥੇ ਕਿਹੜੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਆਉਂਦੇ ਨੇ, ਉਸ ਧਰਤੀ ਦੇ ਉੱਪਰ ਕਿਹਨਾਂ ਦੀ ਸ਼ਹੀਦੀ ਹੋਈ ਹੈ ਨਹੀਂ ਪਤਾ। ਅਤੇ ਸਤ ਸੰਗਤ, ਮੈਨੂੰ ਬੜੀ ਨਮੋਸ਼ੀ ਹੋਈ ਜਦੋਂ ਮੈਂ ਇੱਕ ਵੀਡੀਓ ਵੇਖੀ। ਦੇਖੋ, ਬਠਿੰਡੇ ਦੀ ਵੀਡੀਓ ਸੀ। ਸਤ ਸੰਗਤ, ਉੱਥੇ ਪੁੱਛਿਆ ਗਿਆ ਕਿ ਫਤਿਹਗੜ੍ਹ ਸਾਹਿਬ ਕਿੱਥੇ ਹੈ, ਕਹਿੰਦੇ ਜੀ ਨਹੀਂ ਪਤਾ। ਸਰਹੰਦ ਪੁੱਛਿਆ ਗਿਆ ਕਿੱਥੇ ਹੈ, ਕਹਿੰਦੇ ਉੱਥੇ ਕਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਅਤੇ ਉਹ ਨਾਮ ਤੱਕ ਨਹੀਂ ਪਤਾ। ਦੇਖੋ ਸਾਡੀ ਕੌਮ ਦੀ ਬਦਕਿਸਮਤੀ, ਜਾਂ ਤਾਂ ਕਹਿ ਲਓ ਵੀ ਉਹ ਇੰਨੇ ਕੁ ਭੁੱਲ ਗਏ ਕਿ ਅੱਗੇ ਨੰਘ ਗਏ, ਉਹਨਾਂ ਨੂੰ ਚੇਤਾ ਨਹੀਂ ਰਿਹਾ। ਅਤੇ ਸਾਧ ਸੰਗਤ, ਜਾਂ ਫਿਰ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ, ਜਾਂ ਕਿਤੇ ਪ੍ਰਚਾਰ ਵਿੱਚ ਕਮੀ ਰਹਿ ਗਈ। ਸਾਧ ਸੰਗਤ, ਕਿਸੇ ਨਾ ਕਿਸੇ ਦੀ ਗਲਤੀ ਜ਼ਰੂਰ ਹੈ, ਇਹਦੇ ਵਿੱਚ ਸੋਚ ਕੇ ਵਿਚਾਰ ਕੇ ਵੇਖਿਆ ਜੇ। ਸਾਧ ਸੰਗਤ, ਹੁਣ ਵੇਖੋ ਜੀ ਕਿੰਨੀ ਵੱਡੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਹੋਈ ਹੈ, ਅਤੇ ਅੱਜ ਸਾਡੀ ਕੌਮ ਨੂੰ ਉਹ ਭੁੱਲ ਜਾਣੀ, ਇਹ ਚਿੰਤਾ ਦਾ ਵਿਸ਼ਾ ਹੈ। ਸਤ ਸੰਗਤ, ਉਹ ਸ਼ਹੀਦੀਆਂ, ਉਹ ਪਾਵਨ ਕੁਰਬਾਨੀਆਂ ਸਾਨੂੰ ਭੁੱਲ ਜਾਣੀਆਂ, ਇਹ ਕੌਮ ਦਾ ਇੱਕ ਅਜਿਹਾ ਡੇਗੇਪਣ ਦਾ ਇੱਕ ਸਫਲ ਸਫਾ ਹੈ। ਅਤੇ ਪਿਆਰਿਓ, ਕਿੰਨੀ ਵੱਡੀ ਨਮੋਸ਼ੀ ਦੀ ਗੱਲ ਹੈ ਕਿ ਸਾਨੂੰ ਸਾਡੇ ਸ਼ਹੀਦ ਯਾਦ ਨਹੀਂ ਨੇ। ਛੋਟੇ ਛੋਟੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਅੱਜ ਸਿਰਫ ਫਤਿਹਗੜ੍ਹ ਸਾਹਿਬ ਦਾ ਇੱਕ ਮੇਲਾ ਬਣ ਕੇ ਰਹਿ ਗਿਆ ਹੈ, ਸ਼ਹੀਦੀ ਜੋੜ ਮੇਲਾ ਨਹੀਂ, ਸਿਰਫ ਮੇਲਾ ਜੀ। ਫਤਿਹਗੜ੍ਹ ਸਾਹਿਬ ਮੇਲੇ 'ਤੇ ਚੱਲੀਏ, ਉੱਥੇ ਮੇਲੇ 'ਤੇ ਕੀ ਹੁੰਦਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਾਧ ਸੰਗਤ ਉੱਥੇ ਲੰਗਰ ਛੱਕ ਕੇ, ਭੂਗਣੇ ਵਜਾ ਕੇ, ਪੀਪਣੀਆਂ ਵਜਾ ਕੇ ਵਾਪਸ ਪਰਤ ਆਉਂਦੇ ਜੀ।
ਮੇਲਾ ਨਾ ਬਣਾਈਏ। ਸਤ ਸੰਗਤ ਔਰ ਜੋੜ ਮੇਲਾ ਹੈ, ਲਸਾਨੀ ਸ਼ਹਾਦਤ ਹੈ, ਉੱਥੇ ਸੋਗ 'ਤੇ ਚੱਲੇ ਹਾਂ। ਕਿਰਪਾ ਕਰਕੇ ਉੱਥੇ ਜਾ ਕੇ ਕੋਟ ਕੋਟ ਪ੍ਰਣਾਮ ਕਰੀਏ ਉਸ ਧਰਤੀ ਨੂੰ, ਜਿਸ ਧਰਤੀ ਦੇ ਉੱਪਰ ਜ਼ਾਲਮ ਹਕੂਮਤ ਦਾ ਹੰਕਾਰ ਤੋੜਿਆ ਗਿਆ ਨੰਨੀਆਂ ਜਿੰਦਾਂ ਵੱਲੋਂ ਅਤੇ ਮਾਤਾ ਗੁਜਰੀ ਜੀ ਕੌਰ ਵੱਲੋਂ। ਸਤ ਸੰਗਤ, ਬੜੀ ਨਮੋਸ਼ੀ ਦੀ ਗੱਲ ਹੈ, ਮੈਂ ਭਾਵੁਕ ਹੋ ਜਾਂਦਾ, ਪਰ ਬੜੀ ਵੱਡੀ ਗੱਲ ਹੈ ਕਿ ਸਾਨੂੰ ਅੱਜ ਉਹ ਕੁਰਬਾਨੀਆਂ ਜਿਹੜੀਆਂ ਨੇ ਚੇਤੇ ਹੋਣੀਆਂ ਚਾਹੀਦੀਆਂ ਨੇ। ਸਤ ਸੰਗਤ, ਹੁਣ ਮੈਂ ਬੇਨਤੀ ਕਰੂੰਗਾ ਵੀ ਭੁੱਲ ਕੇ ਵੀ ਦਸੰਬਰ ਮਹੀਨੇ ਵਿੱਚ ਆਹ ਗਲਤੀ ਕਦੀ ਨਾ ਕਰਿਓ। ਦੇਖੋ, ਜੇ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਕੋਈ ਵਿਆਹ ਸ਼ਾਦੀ ਹੈ ਅਤੇ ਪਿਆਰਿਓ, ਉਹ ਵਿਆਹ ਸ਼ਾਦੀ ਨਾ ਅੱਗੇ ਕਰ ਲਿਓ। ਹੁਣ ਦੇਖੋ, ਇੱਕ ਪਾਸੇ ਮੈਂ ਕਈ ਮੇਰੇ ਵੀਰ ਸਿੱਖਾਂ ਨੂੰ ਵੇਖਿਆ ਹੈ, ਵੀਰ ਪਰਿਵਾਰਾਂ ਨੂੰ ਵੇਖਿਆ, ਸਿੱਖ ਪਰਿਵਾਰਾਂ ਨੂੰ ਵੇਖਿਆ, ਗੈਰ ਸਿੱਖ ਪਰਿਵਾਰਾਂ ਨੂੰ ਵੀ ਵੇਖਿਆ ਹੈ। ਉੱਧਰੋਂ ਤਾਂ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਅਤੇ ਦੂਸਰੇ ਪਾਸੇ ਘਰਾਂ ਦੇ ਵਿੱਚ DJ ਲਾ ਕੇ ਨਾਚ ਹੋ ਰਿਹਾ ਹੈ, ਦੂਸਰੇ ਪਾਸੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਮਾਹੌਲ ਬਣਿਆ ਹੈ। ਵੇਖੋ ਕਿੰਨਾ ਕੁ ਸਹੀ ਹੈ। ਸਤ ਸੰਗਤ, ਘੱਟੋ ਘੱਟ ਉਹਨਾਂ ਦਿਨਾਂ ਦਾ ਲਿਹਾਜ਼ ਕਰ ਲਈਏ, ਘੱਟੋ ਘੱਟ ਉਹ ਜਿਹੜੇ 7-8 ਦਿਨ ਨੇ, ਇੱਕ ਹਫ਼ਤਾ ਜਿਹੜਾ ਦਸੰਬਰ ਦਾ ਪਿਛਲਾ ਹੈ, ਉਹਨੂੰ ਆਪਾਂ ਜੇ ਵਿਆਹ ਸ਼ਾਦੀ ਹੈ ਭਾਵੇਂ ਅੱਗੇ ਕਰ ਲਈਏ ਜਾਂ ਫਿਰ ਪਹਿਲਾਂ ਕਰ ਲਈਏ। ਸਤ ਸੰਗਤ, ਕਈ ਪਰਿਵਾਰ ਐਸੇ ਨੇ ਜਿਹੜੇ ਇਹ ਗੱਲ ਨੂੰ ਸੋਚਦੇ ਨੇ ਪਰ ਬਹੁਤੇ ਨਹੀਂ ਸੋਚਦੇ, ਜਿਨ੍ਹਾਂ ਨੂੰ ਦਰਦ ਹੁੰਦਾ ਵੀ ਵਾਕਈ ਕੌਮ ਲਈ ਵੱਡੀ ਸ਼ਹੀਦੀ ਹੈ। ਅਤੇ ਸਤ ਸੰਗਤ, ਕਈ ਮੇਰੇ ਵੀਰ ਭੈਣ ਅਜਿਹੇ ਨੇ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਨਾ ਕਦੇ ਵੀ ਥੱਲੇ ਬਿਸਤਰਾ ਲਾ ਕੇ ਸੌਂਦੇ ਨੇ, ਬੈੱਡਾਂ 'ਤੇ ਨਹੀਂ ਸੌਂਦੇ, ਉਹਨਾਂ ਦਿਨਾਂ ਦੇ ਵਿੱਚ ਸਾਦਾ ਪ੍ਰਸ਼ਾਦਾ ਫੁਲਕਾ ਭੋਜਨ ਛਕਦੇ ਨੇ, ਬਹੁਤੇ ਚੇਟਕ ਪਦਾਰਥ ਨਹੀਂ ਛਕਦੇ। ਕਿਉਂ ਜੀ? ਸ਼ਹੀਦੀਆਂ ਦਾ ਦਿਨ ਚੱਲ ਰਿਹਾ ਹੈ, ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ। ਪਰ ਸਤ ਸੰਗਤ, ਵੇਖੋ ਕਈ ਮੇਰੇ ਵੀਰ ਜਿਹੜੇ ਨੇ ਭੁੱਲ ਚੁੱਕੇ ਨੇ ਲਸਾਨੀ ਸ਼ਹਾਦਤਾਂ ਨੂੰ, ਅਤੇ ਸਤ ਸੰਗਤ ਉਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਦੇ ਪਏ ਨੇ। ਦੂਸਰੇ ਪਾਸੇ ਵੇਖੋ ਜੀ, ਹੁਣ ਪਿੱਛੇ ਲੰਘ ਕੇ ਗਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ, ਅਤੇ ਸਤ ਸੰਗਤ ਉਸ ਦਿਨ ਵੀ ਕਈਆਂ ਨੇ ਵਿਆਹ ਮੁਕਰਰ ਕੀਤੇ ਅਤੇ ਕੀਤੇ ਵੀ ਗਏ, ਅਤੇ ਸਤ ਸੰਗਤ ਇਹ ਜਿਹੜਾ ਸਰਾਸਰ ਗਲਤ ਹੈ। ਇਹਦਾ ਮਤਲਬ ਇੱਥੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਦਾ ਕੋਈ ਮੁੱਲ ਨਹੀਂ ਪਾਇਆ ਅਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਭੁਲਾ ਚੁੱਕੇ ਹਾਂ, ਵਿਸਾਰ ਚੁੱਕੇ ਹਾਂ। ਜੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ 'ਤੇ ਰਹਿਣ ਵਾਲੇ ਇੱਦਾਂ ਕਰਾਂਗੇ ਤਾਂ ਦੂਸਰੇ 'ਤੇ ਕਰਨਗੇ ਹੀ ਕਰਨਗੇ। ਅਸੀਂ ਭੁਲਾਵਾਂਗੇ ਸ਼ਹਾਦਤ ਨੂੰ ਜੇ ਕੱਲ੍ਹ ਨੂੰ ਕੋਈ ਦੂਸਰਾ ਨਾ ਯਾਦ ਰੱਖੇ, ਇਹਦੇ ਵਿੱਚ ਦੋਸ਼ ਆਪਣਾ ਹੈ ਕਿਉਂਕਿ ਅਸੀਂ ਆਪ ਨਹੀਂ ਯਾਦ ਕੀਤਾ। ਜਿੱਥੋਂ ਚੰਗਾ ਮੈਸੇਜ ਦੇਣਾ ਸੀ ਅਸੀਂ ਆਪ ਹੀ ਉਹ ਸ਼ੁਰੂਆਤ ਗਲਤ ਕਰ ਦਿੱਤੀ। ਸਤ ਸੰਗਤ, ਅਸੀਂ ਆਪ ਹੀ ਉਹ ਜਿਹੜੀ ਗੱਲਬਾਤ ਸੀ ਸਾਰੀ ਗਲਤ ਕਰ ਦਿੱਤੀ। ਅਤੇ ਗੁਰੂ ਪਿਆਰੇ, ਉਹ ਜਿਹੜੀ ਬੇਨਤੀ ਮੈਂ ਕਰਨੀ ਹੈ, ਜੇਕਰ ਆਪਣੇ ਆਪ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਮਝਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਨੂੰ ਉਹ ਆਪਣਾ ਸਮਝਦੇ ਹਾਂ, ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਸਮਝਦੇ ਹਾਂ, ਜੇਕਰ ਆਪਣੇ ਦਿਲ ਵਿੱਚ ਥੋੜ੍ਹਾ ਜਿਹਾ ਵੀ ਕਿਤੇ ਨਾ ਕਿਤੇ ਦਰਦ ਹੈ ਨਾ, ਸਤ ਸੰਗਤ ਉਹ ਦਿਨ ਜਿਹੜਾ ਵੇਖ ਕੇ ਨਾ, ਖੁਸ਼ੀਆਂ ਦਾ ਦਿਨ ਹੈ ਜਿਹੜਾ, ਆਪਣਾ ਅੱਗੇ ਕਰ ਲਓ, ਕੋਈ ਨਹੀਂ ਰੋਕਦਾ। ਹਾਲਾਂਕਿ ਗੁਰੂ ਸਾਹਿਬ ਨੇ ਇਸ ਬਾਰੇ ਕੁਝ ਨਹੀਂ ਰੋਕਿਆ, ਪਰ ਸਾਡਾ ਆਪਣਾ ਵੀ ਨਿੱਜੀ ਫਰਜ਼ ਬਣਦਾ ਨਾ ਕਿ ਅਸੀਂ ਸਤਿਕਾਰ ਦਈਏ, ਆਪਣਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਨਾ ਵੀ ਅਸੀਂ ਵੀ ਕਦੇ ਉਸ ਚੀਜ਼ ਨੂੰ ਸੋਚ ਕੇ ਵੇਖੀਏ ਵੀ ਗੱਲ ਗਲਤ ਹੈ ਜਾਂ ਸਹੀ ਹੈ। ਇੱਕ ਪਾਸੇ ਸ਼ਹੀਦੀਆਂ ਦੇ ਦਿਨ ਨੇ, ਦੂਸਰੇ ਪਾਸੇ ਆਪਾਂ ਖੁਸ਼ੀ ਮਨਾਉਂਦੇ ਪਏ ਹਾਂ। ਦੇਖੋ ਇਹਦਾ ਮਤਲਬ, ਹੁਣ ਆਪਣੇ ਗੁਆਂਢ ਵਿੱਚ ਕਿਤੇ ਨਾ ਕਿਤੇ ਰੱਬ ਨਾ ਕਰੇ ਕੋਈ ਡੈਥ ਹੋ ਜਾਂਦੀ ਹੈ, ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ,
ਆਪਾਂ ਇੱਕ ਦੋ ਦਿਨ ਗੁਰੇਜ਼ ਕਰਦੇ ਹਾਂ ਵੀ ਸ਼ੋਰ ਸ਼ਰਾਬਾ ਨਾ ਹੋਵੇ, ਟੀਵੀ ਆਦਿਕ ਨਾ ਚਲਾਇਆ ਜਾਏ, ਜਾਂ ਫਿਰ ਕੋਈ ਐਸੀ ਗੱਲਬਾਤ ਨਾ ਹੋਵੇ ਕਿ ਅਗਲੇ ਨੂੰ ਇਹ ਲੱਗੇ ਕਿ ਇਹਨਾਂ ਨੇ ਸ਼ੁਕਰ ਮਨਾਇਆ, ਇਹਨਾਂ ਨੇ ਸੋਗ ਨਹੀਂ ਕੀਤਾ। ਆਪਾਂ ਕੋਸ਼ਿਸ਼ ਕਰਦੇ ਹਾਂ ਅਤੇ ਸਾਧ ਸੰਗਤ ਉਹ ਤਾਂ ਪੂਰੀ ਕੌਮ ਦੇ ਸ਼ਹੀਦ ਨੇ। ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਛੋਟੇ ਬੱਚੇ ਨੇ, ਆਪਾਂ ਆਪਣੇ ਬੱਚਿਆਂ ਨੂੰ ਕਿੱਦਾਂ ਸੰਭਾਲ ਕੇ ਰੱਖਦੇ ਹਾਂ? ਠੋਕਰ ਵੀ ਵੱਜ ਜੇ ਤਾਂ ਸਾਰੇ ਪਰਿਵਾਰ ਦੀ ਜਾਨ 'ਤੇ ਬਣ ਜਾਂਦੀ ਹੈ। ਡਾਕਟਰ ਨੂੰ ਵਾਰ ਵਾਰ ਕਹਿੰਦੇ ਹਾਂ, ਘਬਰਾਉਣ ਵਾਲੀ ਗੱਲ ਤਾਂ ਨਹੀਂ। ਦੇਖੋ ਕਿਵੇਂ ਉਹ ਨੰਨੀਆਂ ਸ਼ਹੀਦੀਆਂ ਉਹ ਜਿੰਦਾਂ ਨੇ ਨੀਹਾਂ ਦੇ ਵਿੱਚ ਖਲੋ ਕੇ ਸ਼ਹੀਦੀਆਂ ਤੱਕ ਕਰਵਾ ਲਈਆਂ, ਪ੍ਰਵਾਨ ਕਰ ਲਈਆਂ ਆਪਣੀ ਜਾਨ 'ਤੇ ਖੇਡ ਕੇ, ਸਾਡੀ ਆਪਣੀ ਇੱਕ ਆਜ਼ਾਦੀ ਸਾਨੂੰ ਬੁਣ ਕੇ ਦਿੱਤੀ। ਮਾਤਾ ਗੁਜ਼ਰੀ, ਅਸੀਂ ਬਜ਼ੁਰਗਾਂ ਦਾ ਕਿੰਨਾ ਕੁ ਧਿਆਨ ਰੱਖਦੇ ਹਾਂ, ਜੇ ਨਹੀਂ ਰੱਖਦੇ ਤਾਂ ਰੱਖਿਆ ਕਰੋ। ਦੇਖੋ ਬਜ਼ੁਰਗ ਮਾਂ ਗੁਜ਼ਰੀ ਨੇ ਡੋਲਿਆ ਨਹੀਂ ਉਸ ਸਮੇਂ ਨੂੰ ਵੇਖ ਕੇ ਉਹਨਾਂ ਦਾ ਹਿਰਦਾ, ਜੇ ਸਾਧ ਸੰਗਤ ਆਪਣੇ ਬੱਚਿਆਂ ਨੂੰ ਕਿੱਦਾਂ ਸੰਭਾਲ ਕੇ ਰੱਖਿਆ ਅਤੇ ਉਹਨਾਂ ਨੂੰ ਬਹਾਦਰੀ ਵਾਲੇ ਕਿੱਸੇ ਸੁਣਾਉਂਦੀ ਰਹੀ। ਉਹ ਧੰਨ ਹੈ ਮਾਂ ਗੁਜ਼ਰੀ। ਅਤੇ ਗੁਰੂ ਪਿਆਰੇ, ਉਹ ਕਿਸ ਪ੍ਰਕਾਰ ਸ਼ਹੀਦੀਆਂ ਹੁੰਦੀਆਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਉਹ ਇਹ ਵੇ ਕਿ ਸਾਧ ਸੰਗਤ ਘੱਟੋ ਘੱਟ ਦਸੰਬਰ ਮਹੀਨੇ ਦੇ ਵਿੱਚ ਆਪਾਂ ਇਹ ਇੱਕ ਪ੍ਰਣ ਕਰ ਲਈਏ, ਖੁਸ਼ੀ ਦਾ ਮਾਹੌਲ ਹੈ, ਕੋਈ ਸਮਾਂ ਹੈ, ਅੱਗੇ ਕਰ ਲਈਏ। ਸਾਧ ਸੰਗਤ ਨਹੀਂ ਪਹਿਲਾਂ ਕਰ ਲਈਏ, ਪਰ ਉਹਨਾਂ ਸਮਿਆਂ ਦੇ ਵਿੱਚ ਆਪਾਂ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ, ਪ੍ਰਣਾਮ ਕਰੀਏ, ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇੱਥੇ ਖਲੋਏ ਹਾਂ। ਸਾਡਾ ਫਰਜ਼ ਬਣਦਾ ਹੈ, ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ। ਭਾਈ, ਇਹ ਚੀਜ਼ਾਂ ਸਾਨੂੰ ਯਾਦ ਕਰਾਉਣੀਆਂ ਅਤ ਲਾਜ਼ਮੀ ਸੀ। ਸਾਧ ਸੰਗਤ ਸ਼ਹੀਦਾਂ ਦੇ ਨਾਮ, ਸ਼ਹੀਦਾਂ ਦੀ ਜਿੱਥੇ ਸ਼ਹੀਦੀ ਹੋਈ ਹੈ ਉਹ ਥਾਂ ਦਾ ਘੱਟੋ ਘੱਟ ਸਾਨੂੰ ਪਤਾ ਹੋਵੇ, ਆਪਣੇ ਬੱਚਿਆਂ ਨੂੰ ਦੱਸੀਏ। ਸਾਧ ਸੰਗਤ ਅੱਜ ਇਹ ਟੈਕਨੋਲੋਜੀ ਦੇ ਵਿੱਚੋਂ ਨਿਕਲ ਕੇ ਕੁਝ ਜਿਹੜਾ ਇਤਿਹਾਸ ਵੱਲ ਵੀ ਝਾਤ ਮਾਰੀਏ, ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਰੁਲ ਖੁੱਲ ਜਾਂਦੀਆਂ ਨੇ ਪਿਆਰਿਓ। ਇਸ ਕਰਕੇ ਅੱਜ ਆਪਾਂ ਇਹਨਾਂ ਸ਼ਹੀਦੀਆਂ ਨੂੰ ਯਾਦ ਰੱਖੀਏ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ, ਸਾਡਾ ਪਹਿਲ ਦੇ ਆਧਾਰ 'ਤੇ ਫਰਜ਼ ਬਣਦਾ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ ਬੇਨਤੀਆਂ ਕਰੋ ਜੀ, ਪ੍ਰਵਾਨ ਬੁਲਾਓ, ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।